ने मेनू कहिंदे वे आपां हुण घर लैणा, मैं फिर फिर ट्रक चलाउण लग गया, हुण मैं पेंशन लैंदा, मैं कम नहीं करदा सी। पर 27 साल का फर्क है, देखे जब 27 साल के फर्क ਦੇ ਨਾਲ ਵਿਆਹ ਤੁਸੀਂ ਕਿਵੇਂ ਤੁਹਾਡਾ ਮਨ ਮੰਨਿਆ, ਔਰ ਇਹ 250 ਗ੍ਰਾਮ ਤੁਸੀਂ ਰੋਜ਼ਾਨਾ ਕੀ ਪੀਂਦੇ ਹੋ, ਤੁਸੀਂ ਫਿਟ ਫੈਟ ਹੋ, ਔਰ ਤੁਸੀਂ ਟਰੱਕ ਚਲਾਉਂਦੇ, ਹਾਲੇ ਵੀ ਟਰੱਕ ਚਲਾਉਂਦੇ ਹੋ? ਹਾਂਜੀ ਹਾਲੇ ਮੈਂ ਟਰੱਕ ਚਲਾਉਂਦਾ, ਮੈਂ ਲੌਂਗ ਨੂੰ ਚੱਲਦਾ। ਅੱਛਾ, 72 ਸਾਲ ਦੀ ਉਮਰ ਵਿੱਚ ਵੀ ਟਰੱਕ ਚਲਾਉਂਦੇ ਹੋ ਔਰ ਤੁਸੀਂ ਪੂਰੇ ਫਿਟ ਹੋ, ਬਾਡੀ ਦੇ ਵਿੱਚ ਪੂਰੇ ਐਕਟਿਵ ਹੋ? ਹਾਂਜੀ ਮੈਂ ਫਲਰੇਦਾ ਨੂੰ ਚੱਲਦਾ ਰਿਹਾ, ਜਿਹੜਾ ਕਿ ਫਰੇਨੋ ਤੋਂ 3000 ਮੀਲ ਜਾਣ, 3000 ਮੀਲ ਹੀ ਆਉਣਾ। ਤੁਸੀਂ ਪੂਰੇ ਐਕਟਿਵ ਹੋ, ਗੋਡਿਆਂ ਵਿੱਚ ਕੋਈ ਵੀ ਤੁਹਾਡੇ ਪੀਣ ਵਗੈਰਾ? ਹਾਂਜੀ, ਮੇਰੇ ਕੋਈ ਚੀਜ਼ ਨੀ, ਨਾ ਗੋਡੇ ਦੁਖਦੇ ਨਾ ਪੈਰ ਦੁਖਦੇ, ਕਿਉਂਕਿ ਮੇਰੀ ਖੁਰਾਕ ਪਹਿਲਾਂ ਤੋਂ ਕਾਫੀ ਜ਼ਿਆਦਾ ਰਹੀ ਹੈ। ਕਿੰਨਾ ਭਾਰ ਤੁਹਾਡਾ, ਤੁਹਾਡੀ ਹਾਈਟ ਭਾਰ ਕਿੰਨਾ, ਹਾਈਟ ਕਿੰਨੀ ਤੁਹਾਡੀ? ਮੇਰਾ ਭਾਰ ਪਹਿਲਾਂ 243 ਸੀ, ਫਿਰ ਡਾਕਟਰ ਨੇ ਕਿਹਾ ਵੀ ਤੂੰ ਘਟਾ ਲੈ, ਇਸ ਵੇਲੇ ਮੇਰਾ ਭਾਰ 181 ਪਾਉਂਡ ਆ, ਹਾਈਟ ਮੇਰੀ ਹੈਗੀ 5'9". ਅੱਛਾ, ਮੈਂ ਐਕਸਰਸਾਈਜ਼ ਵਗੈਰਾ ਕਰਦੇ ਹੋ? ਹਾਂਜੀ, ਮੈਂ ਪਹਿਲਾਂ ਤਾਂ ਤੁਰਦਾ ਸੀਗਾ, ਮਤਲਬ ਮੈਨੂੰ ਇਸ ਤਰ੍ਹਾਂ ਸੀ ਵੀ ਜਿਹੜੀ ਡਾਇਬਟੀ ਹੈ 5.5 ਹੁੰਦੀ ਹੈ ਤੇ 6.1 ਹੋ ਗਈ ਸੀ, ਜਿਸ ਨਾਲ ਪੰਜਾਬੀ ਨਾਰਮਲ ਐਸੀ ਗੱਲ ਨਹੀਂ ਕੋਈ। ਹਾਂਜੀ, ਤੇ ਪਰ ਉਹਦੇ ਚ ਮੈਨੂੰ ਉਹਨਾਂ ਨੇ ਸ਼ੂਗਰ ਦੀਆਂ ਗੋਲੀਆਂ ਡਾਕਟਰ ਨੇ ਦੇ ਦਿੱਤੀਆਂ, ਕਿਉਂਕਿ ਮੇਰਾ ਇਲਾਜ ਫ੍ਰੀ ਹੈ ਇੱਥੇ ਜੀ। ਤੇ ਮੇਰਾ ਇੱਕ ਦੋਸਤ ਡਾਕਟਰ ਸੀ, ਉਹ ਕਹਿੰਦਾ ਤੂੰ ਤੁਰਿਆ ਕਰ। ਮੈਂ ਪਹਿਲੇ ਦਿਨ 1 ਮੀਲ ਤੁਰਿਆ, ਦੂਜੇ ਦਿਨ 2 ਮੀਲ, ਮੈਂ 5 ਮੀਲ ਤੇ ਜਾ ਉੜਿਆ। ਮੇਰੀ ਜਿਹੜੀ ਸ਼ੂਗਰ ਹੈ ਇਸ ਵੇਲੇ ਉਦੋਂ 117-118 ਸੀ, ਹੁਣ 97 ਆ। ਓ ਬੋਏ, ਤੇ ਮੈਂ ਡਾਕਟਰ ਨੂੰ ਗੱਲ ਕਿ ਮੈਂ ਗੋਲੀਆਂ ਨੀ ਖਾਧੀਆਂ, ਤੇ ਮੈਂ ਡਾਕਟਰ ਨੂੰ ਕਿਹਾ, ਉਹ ਕਹਿੰਦਾ ਹੁਣ ਇਦੂ ਜਾ ਕੇ ਨਾ ਤੁਰੀ, ਨਹੀਂ ਤਾਂ ਤੈਨੂੰ ਬਲੱਡ ਪ੍ਰੈਸ਼ਰ ਤੇਰਾ ਲੋ ਹੋ ਜੂਗਾ। ਓ ਆਈ ਸੀ। ਅੱਛਾ, ਬਲੱਡ ਪ੍ਰੈਸ਼ਰ ਸ਼ੂਗਰ ਦਾ ਤਾਂ ਲੋ ਹੋਣਾ ਹੋਣਾ ਸੀਗਾ, ਪਰ ਤੁਸੀਂ ਰੁਕ ਗਏ ਹੋ, ਪਰ ਦੂਜੇ ਪਾਸੇ ਸ਼ੂਗਰ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਬਿਮਾਰੀ ਚਿੰਬੜ ਗਈ ਕਿ ਤੁਸੀਂ ਉਹਨੇ ਸ਼ਾਦੀ ਕਰ ਲਈ ਉਹਨੂੰ ਕਹਿਣ ਦੇ ਨਾਲ। ਤੁਸੀਂ ਸ਼ਾਦੀ ਫਿਰ ਰਸਮ ਪੂਰੇ ਕੀਤੇ, ਗੁਰਦੁਆਰਾ ਜਾ ਕੇ ਲਾਵਾਂ ਲਈਆਂ ਜਾਂ ਫਿਰ ਕੋਰਟ ਮੈਰਿਜ ਕੀਤੀ? ਨਹੀਂ ਜੀ, ਅਸੀਂ ਕੋਰਟ ਮੈਰਿਜ ਕੀਤੀ ਸੀ, ਤੇ ਉਹ ਕੋਰਟ ਮੈਰਿਜ ਦੇ ਵਿੱਚ ਹੀ ਉਹਨਾਂ ਨੇ ਸੈਰੇਮਨੀ ਉੱਥੇ ਮਨਾਈ ਸੀ, ਉਹਦੇ ਮੈਂ ਪੈਸੇ ਪੇਮੈਂਟ ਕੀਤੇ ਸੀ। ਹਾਂਜੀ, ਤੁਸੀਂ ਫਿਰ ਸ਼ਾਦੀ ਇਹਨਾਂ ਕਿਹੜੇ ਸਾਲ ਵਿੱਚ ਕੀਤੀ? 2 ਸਾਲ ਪਹਿਲਾਂ ਕੀਤੀ ਨਰਿੰਦਰ ਕੌਰ ਨਾਲ? ਸਾਲ 1.5 ਸਾਲ ਪਹਿਲਾਂ ਕੀਤੀ ਹੈ ਜੀ, ਪੇਮੈਂਟ ਕੀਤੇ ਸੀ। ਹਾਂਜੀ, ਤੁਸੀਂ ਫਿਰ ਸ਼ਾਦੀ ਇਹਨਾਂ ਕਿਹੜੇ ਸਾਲ ਵਿੱਚ ਕੀਤੀ? 2 ਸਾਲ ਪਹਿਲਾਂ ਕੀਤੀ ਨਰਿੰਦਰ ਕੌਰ ਨਾਲ? ਸਾਲ 1.5 ਸਾਲ ਪਹਿਲਾਂ ਕੀਤੀ ਹੈ ਜੀ। ਤੇ ਤੁਹਾਡੇ ਨਾਲ ਕਿੰਨਾ ਸਮਾਂ ਰਹੀ ਹੈ? ਇਹ ਤਕਰੀਬਨ 2 ਸਾਲ ਰਹੀ ਆ। 2 ਸਾਲ ਤੁਸੀਂ ਮਤਲਬ ਇੱਕ ਹਸਬੈਂਡ ਵਾਈਫ ਵਾਂਗੂ ਰਹਿਣ ਲੱਗੇ? ਹਾਂਜੀ ਹਾਂਜੀ, ਮੈਰਿਜ ਦਾ ਹਸਬੈਂਡ ਵਾਈਫ ਵਾਂਗੂ ਸੀ, ਪਰ ਇਹਦਾ ਇੱਕ ਬੋਏਫ੍ਰੈਂਡ ਸੀ ਜਿਹਦੇ ਕੋਲ, ਮੈਥੋਂ ਮੈਨੂੰ ਹੁਣ ਪਤਾ, ਲੋਕੀ ਦੱਸਦੇ ਆ ਜਿਹੜੀ ਉਹਨੂੰ ਮਿਲ ਜਾਂਦੀ ਸੀ, ਉਹਨੂੰ ਕਰੋਨਾ ਹੋ ਗਿਆ ਸੀ, ਉਹ ਤੋਂ ਕਰੋਨਾ ਦੇ ਵੀ ਪਤਾ ਲੈਂਦੀ ਰਹੀ ਚੋਰੀ। ਫਿਰ ਦਿਵਾਲੀ ਵਾਲੇ ਦਿਨ ਮੇਰਾ ਟਰੱਕ ਖਰਾਬ ਹੋ ਗਿਆ ਸੀ, ਮੈਂ ਲੇਟ ਆਇਆ ਤੇ ਮੇਰੇ ਬੌਸ ਨੇ ਮੈਨੂੰ ਫੋਨ ਕੀਤਾ ਵੀ ਸੋਰੀ ਆ, ਤੁਸੀਂ ਅੱਜ ਦਿਵਾਲੀ ਨੀ ਵੇਖ ਸਕੇ। ਤੇ 2 ਵਜੇ ਮੈਂ ਇਹਨੂੰ ਫੋਨ ਕੀਤਾ, ਆਉਂਦੇ ਨੇ, ਮੈਂ ਕਿਹਾ ਵੀ ਅੱਜ ਦਿਵਾਲੀ ਆ ਤੇ ਤੂੰ ਮਠਿਆਈ ਮਠਿਆਈ ਲੈ ਆਉਣੀ ਸੀ, ਕਹਿੰਦੀ ਅੱਜ ਦਿਵਾਲੀ ਆ। ਤੇ ਮੈਨੂੰ ਮੁੜ ਕੇ ਜਦੋਂ ਮੈਂ ਗੁਰਦੁਆਰੇ ਗਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰੀ ਬੁਲਟੀ ਦਾ ਸੁਰਖੀ ਪਾਊਡਰ ਲਾ ਕੇ ਤੇ ਕਿਸੇ ਬੰਦੇ ਨਾਲ ਤੁਰੀ ਫਿਰਦੀ ਸੀ, ਤੇ ਕੌਣ ਆ ਬੰਦਾ? ਓ ਮਾਈ ਗੋਡ, ਕਮਨ ਬੇਬੀ। ਸੋ ਤੁਹਾਡੀ ਵਾਈਫ ਕਿਸੇ ਹੋਰ ਨਾਲ ਜਾ ਰਹੀ ਸੀ ਦਿਵਾਲੀ ਵਾਲੇ ਦਿਨ, ਦਿਵਾਲੀ ਤੇ ਪਟਾਕੇ ਹੋਰ ਚਲਾ ਰਹੀ ਸੀ ਕਿਤੇ? ਹੋਰ ਪਟਾਕੇ ਚਲਾ ਰਹੀ ਸੀ, ਇਹਨੇ ਫਿਰ ਕੀ ਕੀਤਾ। ਦੂਸਰੀ ਵੱਡੀ ਗੱਲ ਜਿਹੜੀ ਤੁਹਾਨੂੰ ਮੈਂ ਦੱਸਦਾ, ਇਹਨੇ ਮੈਥੋਂ ਉਹਲਾ ਰੱਖਿਆ, ਇਹਦਾ ਜਿਹੜਾ ਪੁਰਾਣਾ ਘਰ ਵਾਲਾ ਉਹਨੂੰ ਏਡ ਹੋਈ ਸੀ ਤੇ ਉਹ ਏਡ ਦਾ ਮਰਿਆ। ਇਹਨੂੰ ਵੀ 2012 ਦੇ ਵਿੱਚ ਪੋਜੀਟਿਵ ਏਡ ਸੀ, ਕਿਉਂਕਿ ਇਹਦੇ ਹੀ ਰਿਸ਼ਤੇਦਾਰ ਨੇ ਮੈਨੂੰ ਦੱਸਿਆ, ਉਹ ਲਿਖ ਕੇ ਵੀ ਦੇਣ ਨੂੰ ਤਿਆਰ ਆ, ਬਾਕੀ ਇਹਦੇ ਪੇਪਰ ਵੀ ਆ ਗਏ ਆ ਮੇਰੇ ਕੋਲੇ, ਜਿਹੜਾ ਕਿ ਇਹ ਲੁਧਿਆਣੇ ਨੇ ਚੈੱਕ ਕਰਾਈ ਆ, ਪੋਜੀਟਿਵ ਇਹਨੂੰ ਏਡ ਰਹੀ ਆ, ਇਸ ਵੇਲੇ ਜਲੰਧਰ ਤੋਂ ਗੋਲੀਆਂ ਲੈਂਦੀ ਏਡ ਦੀਆਂ। ਇਹਨੇ ਮੈਨੂੰ ਨੀ ਦੱਸਿਆ, ਮੈਂ ਵੀ ਆਪਦੀ ਚੈੱਕ ਕਰਾਉਣੀ, ਕਿਉਂਕਿ ਹੁਣ ਕਰੋਨਾ ਕਰਕੇ ਉਹ ਚੈੱਕ ਨੀ ਮੇਰੀ ਕਰ ਰਿਹਾ ਸੀ ਡਾਕਟਰ, ਮੈਂ ਗਿਆ ਵੀ ਆ, ਕੁਐਸਟ ਚ ਕੁਐਸਟ ਬਣਦਾ ਪੋਜੀਟਿਵ ਕਿਤੇ ਬਿਮਾਰੀ, ਤੁਸੀਂ ਬਿਮਾਰੀ ਰਹਿਤ ਕਹਿ ਰਹੇ ਹੋ, ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਏਡ ਹੋ ਸਕਦੀ ਆ? ਮੈਨੂੰ ਵੀ ਹੋ ਸਕਦੀ ਆ, ਜਦੋਂ ਮੇਰੇ ਰਿਲੇਸ਼ਨ ਬਣਾਏ ਸੀ ਇਹਦੇ ਨਾਲ ਵਿਆਹ ਹੋਇਆ ਸੀਗਾ। ਤੁਸੀਂ 72 ਸਾਲ ਦੀ ਉਮਰ ਵਿੱਚ ਰਿਲੇਸ਼ਨ ਬਣਾਏ ਇਸ ਔਰਤ ਨਾਲ? ਬਿਲਕੁਲ ਜੀ। ਓ ਮਾਈ ਗੋਡ, ਕਮ ਔਨ ਬੇਬੀ, ਮਾਈ ਗੋਡ। ਸੋ 72 ਸਾਲ ਦੀ ਉਮਰ ਦੇ ਵਿੱਚ ਤੁਸੀਂ ਫਿਜ਼ੀਕਲ ਰਿਲੇਸ਼ਨ ਬਣਾਏ, ਆਪਣੀ ਵਾਈਫ ਸਮਝਿਆ, ਰਿਲੇਸ਼ਨ ਬਣਾਏ, ਠੀਕ ਹੈ, ਆਈ ਅੰਡਰਸਟੈਂਡ। ਅੱਛਾ, ਮੈਂ ਆਈ ਵਾਂਟ ਟੂ ਨੋ ਵਨ ਥਿੰਗ ਤੂਰ ਸਾਹਿਬ, ਤੁਹਾਡੇ ਕੋਲੋਂ, ਕਿ ਇਹਨੂੰ ਤੁਸੀਂ ਘਰ ਰੱਖਿਆ ਕਿਸੇ ਦੇ ਕਹਿਣ ਤੇ, ਔਰ ਇਹਨੇ ਤੁਹਾਨੂੰ ਇਨਸਿਸਟ ਕੀਤਾ ਮੈਨੂੰ ਵਿਆਹ ਕਰਾ ਲਾ, ਤੁਸੀਂ ਕੰਮ ਕਰਦੇ ਸੀਗੇ, ਤੇ ਇਹ ਕੰਮ ਨਹੀਂ ਸੀ ਕਰਦੀ? ਇਹ ਕੰਮ ਕਰਦੀ ਸੀ ਜੀ, ਇੱਕ ਪੰਜਾਬੀ ਰੈਸਟੋਰੈਂਟ ਤੇ, ਵੀ ਉਹ ਕੀ ਆ, ਉਹਦੇ ਨਾਲ ਹੁਣੇ ਰਹਿ ਰਹੀ ਆ, ਉਹਦੇ ਕਹੇ ਨੇ ਪੁਲਿਸ ਨੂੰ ਕਾਲ ਕਰਕੇ। ਤੇ ਤੁਸੀਂ ਮੈਨੂੰ ਦੱਸੋ ਕਿ ਦਿਵਾਲੀ, ਜਿਹੜੀ ਦਿਵਾਲੀ ਹੁਣ ਬੀਤੀ ਆ, ਇਸ ਦਿਵਾਲੀ ਵਿੱਚ ਇਹ ਪੰਗਾ ਪਿਆ ਸਾਰਾ, ਤੁਹਾਨੂੰ ਪਤਾ ਲੱਗਾ ਕਿ ਗੁਰਦੁਆਰੇ ਵਿੱਚ ਤੇਰੀ ਵਾਈਫ ਲਿਪਸਟਿਕ ਲਾ ਕੇ ਸੌਖੀ ਬਿੰਦੀਆਂ ਲਾ ਕੇ ਕਿਸੇ ਹੋਰ ਮੁੰਡੇ ਨਾਲ ਸੀਗੀ? ਹੋ ਸਕਦਾ ਕਿ ਕੋਈ ਗੁਆਂਢੀਆਂ ਨਾਲ ਵੀ ਚੱਲ ਜਾਂਦੀ ਹੁੰਦੀ ਔਰਤ?
ਮੈਂ ਜੋ ਮੇਰੀ ਉਹਦੇ ਨਾਲ ਲੜਾਈ ਹੋਈ ਸੀ ਉਹ ਬੰਦੇ ਨਾਲ ਮੈਂ ਇਹਨੂੰ ਕਿਹਾ ਸੀ ਵੀ ਇਸ ਬੰਦੇ ਤੋਂ ਬਚੀ ਕਿਉਂਕਿ ਬੰਦਾ ਇਹਨੇ ਘਰ ਅੱਗੇ ਵੀ ਕਈਆਂ ਦੇ ਪੱਟੇ ਤੇ ਹੁਣ ਵੀ ਪੱਟਦੇ ਪਲੀਜ਼ 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 ਕਮਨ ਬੇਬੀ